नेकी कर दरिया में डाल। यह कहावत सच हुंदी उदो नजर आई जदों जिला गुरदासपुर दे पिंड रियाड़ च इक भयानक घटना घट गई, जिथे एक अजिहे इंसान नूं अपनी जान तों हथ धोणा पै गया जिहड़ा कि किसे दा समझौता करवाउण गया सी पर अपनी ही जिंदगी तों हाथ तो बैठा। जी हाँ, जिला गुरदासपुर दे पिंड रियाड़ च दो गुटां दे विच फैसला करवा रहे मौजूदा कांग्रेसी सरपंच अते उसदे साथियां ते पिंड दे ही कुछ लोकां ने हमला कीता अते सरपंच समेत उसदे साथियां दी बुरी तरह नाल मार कुटाई कीती। हमले च पिंड दे मौजूदा सरपंच दी पहला बुरी तरह मार कुटाई कीती गई अते बाद दे विच उसनूं गड्डी दे नीचे रोड़िया गया, जिस च सरपंच नवदीप दी मौके ते ही मौत हो गई, जदों कि इस हमले च तीन होर लोक जख्मी ने जिन्हां चों दो दी हालत गंभीर दसी जा रही है अते जिन्हां नूं इलाज दे लई अमृतसर अस्पताल दे विच दाखिल करवाया गया। मृतक दे परिवार दा कहना है कि हमला करवाण वाले सटे पिंड दौलतपुर दे साबका अकाली सरपंच अते उसदे साथी सन। मेरा बेटा हीगा, मौजूदा सरपंच हीगा, इन्हां ने फैसले ते सद्या है, मुड़ के इहनूं उहनां ने चुक के गड्डी च लै गए अपने घर, घरों कुट के मार के फिर इन्हां ने लिया के बाहर लिया के इन्हां ने गड्डी तो निकाई नाले सिर च वटे वटे पत्थर मार के हो जाए। कौन सा ने बंदे ते की उहनां दा फैसला तुहाडा ते चल रिहा? वो अकाली पार्टी दा सरपंच ही, इन्हों का कोई माड़ा मोटा ही कहते एक माफ़ी मंगी या मैं नहीं मंगी वह करके थोड़ा जहा झगड़ा जहा बढ़ गया। मेरा जो बेटा पिंड रियाड़ का बनया वो दो दौलतपुर का वा दौलतपुर च मेरा जवाई बनया ही करके सोच करता है नाले दौलत मेरे जमीन हैगी उ मैं फेरा मान से जाने पैंता है। पिछले हथवाद चो बहुत रहे उन्होंने कोई नजायज असला भी है बहुत ज़्यादा ਭੁੱਕੀ ਦਾ ਅਤੇ ਸਮੈਕ ਦਾ ਬਹੁਤ ਜ਼ਿਆਦਾ ਕੰਮ ਕਰਦੇ ਉਹਨਾਂ ਨੂੰ ਕੋਈ ਸਰਕਾਰ ਫੜਦੀ ਨਹੀਂ। ਹਾਂ ਬਹੁਤ ਜ਼ਿਆਦਾ ਮਾੜੀ ਹੈ। ਉੱਥੇ ਹੀ ਇਸ ਮਾਮਲੇ 'ਚ ਪੁਲਿਸ ਜ਼ਿਲ੍ਹਾ ਬਟਾਲੇ ਦੇ DSP ਜੋ ਇਸ ਵਾਰਦਾਤ ਦੀ ਸੂਚਨਾ ਮਿਲਣ ਤੇ ਸਿਵਲ ਹਸਪਤਾਲ ਬਟਾਲਾ ਪਹੁੰਚੇ। ਉਹਨਾਂ ਨੇ ਦੱਸਿਆ ਕਿ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਅਤੇ ਜੋ ਇਸ ਹਮਲੇ 'ਚ ਜ਼ਖਮੀ ਹੋਏ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪਿੰਡ ਦੌਲਤਪੁਰ ਇੱਥੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਦਾ ਨਾ ਕਿਸੇ ਮਾਮਲੇ ਤੋਂ ਉਹਨਾਂ ਦੀ ਚੱਲਦੀ ਸੀ ਅਤੇ ਅੱਜ ਪਾਰਟੀਆਂ ਇਕੱਠੀਆਂ ਹੋਈਆਂ ਸੀ, ਦੋ ਬੰਦੇ ਗਏ ਵੀ ਸੀ ਸੁਰਿੰਦਰ ਗੁਰਨਾਮ ਇਹਨਾਂ ਨੂੰ ਕਹਿ ਕੇ ਦੂਜੀ ਪਾਰਟੀ ਨੂੰ ਕਿ ਬੈਠ ਕੇ ਅਤੇ ਮਾਮਲਾ ਸੁਲਝਾਈਏ ਕਿ ਅੱਗੇ ਨਾਲ ਗੱਲ ਵਧੇ। ਉਹ ਅੱਜ ਸਾਰੇ ਇੱਥੇ ਸਕੂਲ ਦੇ ਲਾਗੇ ਖੜ੍ਹੇ ਸੀ ਅਤੇ ਫਿਰ ਦੂਸਰੀ ਪਾਰਟੀ ਕਾਫੀ ਜ਼ਿਆਦਾ ਉਹਨਾਂ ਦੇ ਮਿਕਦਾਰ ਸੀ, ਮੈਂ ਵੱਟੇ ਬੁੱਟੇ ਕਹਿੰਦੇ ਇਹਨਾਂ ਦੇ ਮੁਤਾਬਕ ਜੇ ਮੈਂ ਇਨੀਸ਼ੀਅਲ ਦੱਸਣ ਡਿਆ ਕਿ ਵੱਟੇ ਬੁੱਟੇ ਚਲਾਏ ਨੇ ਅਤੇ ਫਿਰ ਉਹਨਾਂ ਨੇ ਗੱਡੀ ਲਿਆ ਕੇ ਇਹਨਾਂ ਦੇ ਪਹਿਲੇ ਜਿਹੜਾ ਬੰਦੇ ਦੀ ਡੈਥ ਹੋ ਗਈ ਹੈ ਰਿਆੜਪੱਤੀ ਦਾ ਸਰਪੰਚ ਸੀ ਨਵਦੀਪ ਅਤੇ ਉਹਦੀ ਗੱਡੀ ਵਾਰ ਵਾਰ ਚੜ੍ਹੀ ਹੈ ਅਤੇ ਦੋ ਬੰਦੇ ਹੋਰ ਵੀ ਤਿੰਨ ਬੰਦੇ ਹੋਰ ਜ਼ਖਮੀ ਹੋਏ, ਦੋ ਜ਼ਿਆਦਾ ਸੀਰੀਅਸ ਨੇ, ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕਰਤਾ, ਇੱਕ ਭੁਪਿੰਦਰ ਸਿੰਘ ਇੱਥੇ ਹੈ। ਹਾਂਜੀ, ਕੀ ਕਾਰਵਾਈ ਕਾਰਵਾਈ ਉੱਤੇ ਕੇਸ ਰਜਿਸਟਰ ਤਾਂ ਕਰਾਂਗੇ ਜੀ, ਪਹਿਲੇ ਤਾਂ ਇਨੀਸ਼ੀਅਲੀ ਮੌਕਾ ਦੇਖ ਰਹੇ ਹਾਂ ਅਸੀਂ। ਜਿਹੜਾ ਮੌਜੂਦਾ ਸਰਪੰਚ ਆ ਉਹਨਾਂ ਨੇ ਇਸ ਰਾਜ਼ੀਨਾਮੇ ਵਾਸਤੇ ਆਪਣੇ ਰਿਸ਼ਤੇਦਾਰ ਵੀ ਬੁਲਾਏ ਸੀ। ਇੱਕ ਹੀ ਪਿੰਡ ਹੈ ਜੀ, ਜਿਹੜੀਆਂ ਮੇਨ ਪਾਰਟੀਆਂ ਨੇ ਦੋਵਾਂ ਇੱਕੋ ਪਿੰਡ ਦੀਆਂ ਦੌਲਤਪੁਰ ਦੀਆਂ। ਇਹਨਾਂ ਦਾ ਆਪਣਾ ਕੋਈ ਦੋ ਚਾਰ ਦਿਨ ਪਹਿਲੇ ਇਹਨਾਂ ਦੀ ਕੋਈ 10 ਕੁ ਦਿਨ ਪਹਿਲੇ ਦੀ ਕੋਈ ਗੜਬੜ ਹੋਈ ਸੀ ਅਤੇ ਉਹਦੇ ਸੰਬੰਧ 'ਚ ਇਹਨਾਂ ਦਾ ਹੈਗਾ ਸੀ ਅੱਜ ਬੈਠ ਕੇ। ਨਹੀਂ, ਇਹਦੇ ਵਿੱਚ ਨਾ ਤਾਂ ਕੋਈ ਇਲੈਕਸ਼ਨ ਦਾ ਇਸ਼ੂ ਹੈ ਅਤੇ ਨਾ ਤਾਂ ਕੋਈ ਸਿਆਸੀ। ਹਾਂ, ਇਹ ਜ਼ਰੂਰ ਹੈ ਕਿ ਜੋ ਸਰਪੰਚੀ ਦੇ ਤੌਰ 'ਤੇ ਰਾਈਵਲਰੀ ਹੈਗੀ ਸੀ, ਜਿਹੜਾ ਦੂਸਰੇ ਸਰਪੰਚ ਹੈਗੇ ਸੀ ਅਨੂਪ, ਉਹ ਪਿਛਲੇ 20 ਸਾਲ ਤੋਂ ਸਰਪੰਚ ਹਨ ਅਤੇ ਇਹ ਜਿਹੜੇ ਐਤਕੀ ਹੁਣ ਇੰਦਰਜੀਤ ਸਿੰਘ ਜਿਨ੍ਹਾਂ ਦਾ ਸਗਾ ਸਾਲਾ ਸੀ ਇਹ ਜਿਹਦੀ ਡੈਥ ਹੋਈ ਰਿਆੜਪੱਤੀ ਵਾਲਾ, ਅਤੇ ਉਹ ਐਤਕੀ ਸਰਪੰਚ ਬਣੇ ਸਨ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।